都跟了，再过，看着加哥，我看着，咋了？看着，那是你的，我那还学会唱了歌呢。ਥਾਪੜੇ ਪੈਣਗੇ ਸੌਂ ਲੱਗਿਆ ਨੀ ਢਾਹ ਚਾਹੇ ਨੀ ਤੂੰ ਵਿੱਚ ਇਹ ਹੋ ਚਾਹੇ ਆ ਹੋ ਚਾਹੇ ਮੈਂ ਕੋਈ ਵੀ ਹੋਵੇ ਢਾਹ ਲਿਓ ਬਸ ਚਾਹੇ ਆ ਹੋ ਢਾਹ ਲਿਓ ਜਿਹੜਾ ਬੁੜਾ ਇਹ ਹੋਵੇ ਮੈਨੂੰ ਢਾਹ ਲਿਓ ਜਿਹੜਾ ਜਿਹੜਾ ਬੁੜਾ ਹਾਂ ਇਹਦੀ ਵੀ ਪੈਣੀ ਕੀ ਚੱਲ ਇੱਕ ਦੋ ਤਿੰਨ ਆਹ ਦੇਖ ਲਓ ਵੀ ਉਹਨਾਂ ਦੀ ਵੀ ਇੱਕ ਜੀ ਅੱਛਾ ਅੱਛਾ ਹਾਂਜੀ ਹਾਂਜੀ ਇਹਨੇ ਵੱਡਾ ਮੁੰਡਾ ਕਿਹੜਾ ਜੀ ਵੱਡਾ ਤਾਂ ਇਹਨਾਂ ਜੋ ਆਹ ਭਾਈ ਸਾਲ ਵੱਡਾ ਉਹ ਸਾਲ ਛੋਟਾ ਪੜ੍ਹਨਾ ਜੀ ਇਕੱਠੀ ਲਾ ਦੇ ਠੀਕ ਮੈਂ ਇਕੱਠੇ ਵਗਦਾ ਕਰਨਗੇ ਅੱਛਾ ਜੀ ਹਾਂ ਇਹਨੇ ਨਾਮ ਕੀ ਨੇ ਜੀ ਪ੍ਰੋਡਿਊਸਰ ਹੱਸਿਆ ਬਈ ਤੂੰ ਰੁਕਦਾ ਕਿਉਂ ਤੂੰ ਕਹਿੰਦੇ ਨਿੰਬੂ ਅੱਗੇ ਤੂੰ ਕਹਾਂ ਬੋਲੇ ਤੂੰ ਕਰ ਲੱਗ ਪਹਿਲਾਂ ਮਜ਼ਾ ਰਾਸੀ ਰੋਕ ਸਾਰੇ ਪੈਣੀ ਆ ਨਾ ਇਹਨਾਂ ਵੱਡਾ ਮੁੰਡਾ ਕਿਹੜਾ ਜੀ ਵੱਡਾ ਭਾਈ ਆਹ ਭਾਈ ਸਾਲ ਵੱਡਾ ਹੈ ਤੂੰ ਅੱਛਾ ਜੀ ਉਹ ਸਾਲ ਛੋਟਾ ਪੜ੍ਹਦਾ ਸੀ ਇਕੱਠੀ ਲਾ ਤੇ ਅੱਛਾ ਜੀ ਹਾਂਜੀ ਹਾਂ ਕਿੰਨਾ ਕੁ ਫਰਕ ਹੈ ਜੀ ਸਾਲ ਦਾ ਹੀ ਫਰਕ ਠੀਕ ਹੈ ਫਿਰ ਤਾਂ ਜੀ ਹਾਂ ਇਹਨੇ ਨਾਮ ਨੂਮ ਕੀ ਨੇ ਜੀ ਉਹ ਨਾਮ ਭਾਈ ਪਿੰਡਾਂ 'ਚ ਕਿਹੜੇ ਨਾਮ ਹੁੰਦੇ ਪਿੰਡਾਂ 'ਚ ਉਹੀ ਕੱਚੇ ਪੱਲੇ ਨਾਮ ਲੈ ਜਾਂਦੇ ਨੇ ਪੱਕੇ ਨਾਂ ਤਾਂ ਹੋਰ ਨੇ ਪਿੰਡ 'ਚ ਇਹਨੂੰ ਭਾਈ ਗੂਈ ਕਹਿ ਦਿੰਦੇ ਅੱਛਾ ਜੀ ਉਹਨੂੰ ਕਹਿ ਦਿੰਦੇ ਭਾਈ ਨਿੰਬੂ ਅੱਛਾ ਜੀ ਹਾਂ ਪੱਕੇ ਨਾਮ ਵੀ ਪੱਕੇ ਨਾਂ ਤਾਂ ਇਹਦਾ ਭਾਈ ਜਗਤਾਰ ਹੈ ਅੱਛਾ ਜੀ ਉਹਦਾ ਨਾਂ ਗੁਰਪ੍ਰੀਤ ਆ ਭਾਈ ਨਾਮ ਤਾਂ ਠੀਕ ਹੈ ਹਾਂ 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 ਉਹ ਬਾਕੀ ਆ ਦੇਖੋ ਯਾਰ ਤੁਹਾਡੇ ਸਾਹਮਣੇ ਹਾਂ ਸਾਰਾ ਕੁਝ ਸਾਹਮਣੇ ਜੇ ਇਹਨਾਂ 'ਚ ਕੋਈ ਚੋਰੀ ਹੁੰਦੀ ਆ ਇਹਦੀ ਚੀਜ਼ਾਂ ਨਾ ਹੀ ਦਿਖਾਉਂਦੇ ਹੈ ਰਿਸ਼ਤਾ ਭਾਈ ਇੱਕ ਨੰਬਰ ਆ ਤੁਹਾਡੀ ਕੁੜੀ ਐਸ ਕਰੂਗੀ ਐਸ ਸਾਡੀ ਕੁੜੀ ਵੀ ਇੱਕ ਨੰਬਰ ਆ ਜੀ ਕੋਈ ਲਾਂਭਾ ਨਹੀਂ ਆਉਂਦਾ ਜੀ ਤੁਹਾਨੂੰ ਜੀ ਠੀਕ ਆ ਠੀਕ ਹਾਂ ਜੀ ਤੇ ਹੁਣ ਦੇ ਲਓ ਰਾਰੂ ਕਰ ਲਓ ਹਾਂ ਬਸ ਦੇ ਲੈ ਕੇ ਰਾਰੂ ਕਰ ਲੈਣੇ ਸਾਰਾ ਕੁਝ ਦੱਸ ਦਿੰਦੇ ਜੀ ਘਰ ਦੇ ਨਾਲ ਹੀ ਚੱਲੂ ਤੁਸੀਂ ਉਹਨੇ ਮੈਨੂੰ ਦੱਸ ਦਿਓ ਜੀ ਕੋਈ ਗੱਲਬਾਤ ਦੱਸ ਦਾਂਗੇ ਤੁਸੀਂ ਸਾਈਡ ਤੋਂ ਗੱਲ ਕਰ ਲਓ ਹਾਂ ਹਾਂ ਮੈਨੂੰ ਦੱਸ ਦਿਓ ਕੀ ਗੱਲਬਾਤ ਆ ਦੋ ਆਪਾਂ ਕੋਈ ਗੱਲ ਨਹੀਂ ਅੱਛਾ ਕੋ ਮੁੰਡਾ ਚੱਕ ਲਓ ਤੇ ਰੋਕ ਬਸ ਜੀ ਹਾਂ ਲੈ ਜਾਓ ਮੁੰਡੇ ਵੱਲ ਮੋਟੀ ਕੁੜੀ ਦੀ ਗੱਲ ਕਰੀ ਇਹ ਤੋਂ ਬਾਅਦ ਮੈਂ ਤੈਨੂੰ ਆ ਕੇ ਦੱਸੂ ਵੀ ਭਾਈ ਉਹ ਤਾਂ ਐਂ ਹੋਗਾ ਵੀ ਐਂ ਕਹਿੰਦੇ ਵੀ ਮੁੰਡੇ ਵੱਲ ਲਿਖੇ ਕਿਉਂ ਬਈ ਕਿਵੇਂ ਰਿਸ਼ਤਾ ਪਸੰਦ ਆ ਕਾ ਬਾਕੀ ਘਰ ਬਾਰ ਜ਼ਮੀਨ ਜਾਇ ਸਾਰਾ ਕੁਝ ਪਸੰਦ ਆ ਮੁੰਡੇ ਨਹੀਂ ਪਸੰਦ ਕਾ ਕੀ ਗੱਲ ਮੁੰਡੇ ਕਾ ਕੋਈ ਲੱਸੇ ਵਾਲੇ ਇਹ ਤਾਂ ਜਵਾਕ ਲੱਗਦੇ ਕਿ ਲੱਕ ਦੇ ਦਾ ਪੈਂਟ ਨਹੀਂ ਖੜਦੀ ਹਾਂ ਕੋਈ ਲੋਟ ਨਹੀਂ ਆਉਂਦਾ ਠੀਕ ਹੈ ਕਿ ਚੱਲ ਫਿਰ ਆਪਾਂ ਕੋਈ ਜਵਾਬ ਦੇ ਦਿੰਨੇ ਮੈਂ ਕਦੇ ਇੱਕ ਦਾ ਮੂੰਹ ਦਾ ਸੱਚੂ ਨਿੰਬੂ ਵਰਗ ਕਰ ਕੁਛ ਨਹੀਂ ਹੁੰਦਾ ਮੈਂ ਤਾਂ ਕਹੂੰ ਕਦੇ ਕਦੇ ਜਾਏ ਜੇ ਬੰਦੇ ਨੇ ਉਹ ਜੀ ਨਾਂ ਨੇ ਕਦੇ ਕੁਛ ਨਹੀਂ ਹੁੰਦਾ ਹੋਰ ਹੁਣ ਕਹਿ ਦੂ ਮੈਂ ਤਾਂ ਕਹੂੰ ਇਧਰੋਂ ਆਓ ਜੀ ਤੁਸੀਂ ਅੱਛਾ ਤੂੰ ਇੱਥੇ ਲਾ ਕੇ ਰੱਖ ਸਿੱਧਾ ਤੂੰ ਇੱਥੇ ਲਾ ਕੇ ਰੱਖ ਅੜੀ ਚੱਲ ਅੜੀ ਚੱਲ ਇੱਕ ਦੋ ਤਿੰਨ ਤੋ ਤੁਸੀਂ ਸਾਰੀ ਗੱਲ ਮੈਨੂੰ ਦੱਸ ਦੋ ਜੇ ਆਪਣਾ ਪਿੰਡ ਆਪਾਂ ਹੁਣੀ ਬਾਅਦ ਚੱਲ ਦੇ ਸਕਣਾ ਘਰ ਬਾਰ ਸਾਰਾ ਕੁਝ ਸੈੱਟ ਹੈ ਜੀ ਜ਼ਮੀਨ ਜਾਇਦਾਦ ਹੈਗੀ ਇਹ ਵੀ ਕੰਮ ਵਾਲੇ ਕਹਿੰਦੇ ਨੇ ਨਾ ਕੋਈ ਨਸਾ ਪੱਤਾ ਕਰਦੇ ਨਾ ਕੋਈ ਲਾਂਭੇ ਦੀ ਗੱਲ ਹੈ ਦੁਬਾਰੇ ਉੱਚੀ ਤਾਂ ਬੋਲ ਦੇ ਆ ਉੱਚੀ ਬਾਜ ਹੁਣ ਇੰਨੀ ਤਾਂ ਬਾਜ ਹੈ ਕਿੱਥੇ ਬਾਜ ਆ ਮੈਂ ਤਾਂ ਮੇਰੀ ਤਾਂ ਬਾਜ ਉੱਚੀ ਹੈ ਬੁੰਨ ਮੁੰਨ ਤੁਸੀਂ ਬਾਈ ਤੂੰ ਵੀ ਬੋਲ ਪਾ ਬੰਨ ਮੁੱਟਾ ਹੋਰ ਕੀ ਫਿਲਟਰ ਕਰ ਦੇ ਹਾਂ ਮੈਂ ਕਰ ਦੇ ਕੀ ਚੀਜ਼ ਹੈ ਕੁਝ ਨਹੀਂ ਬਸ ਆ ਸਭ ਬੜੀ ਹੈ ਜਿਹੜਾ ਇਕੱਠੀ ਨੇ ਕੱਟਦੀ ਜੀ ਬਾਈ ਕੱਟਦੀ ਕੱਟਦੀ ਚਲੋ ਇੱਕ ਦੋ ਤਿੰਨ ਆ ਜਾਓ ਆ ਜਾਓ
ਓਏ ਤੁਸੀਂ ਸਾਰੀ ਗੱਲ ਇੱਥੇ ਰਾਏ ਕਰ ਲਓ ਜੇ ਤੁਹਾਡੇ ਫਿੱਟ ਆਪਾਂ ਹੁਣੀ ਪਾ ਕੇ ਬਗ ਚੱਲਦੇ ਸਕਦੇ ਯਾਰ ਫਿੱਟ ਤਾਂ ਜੀ ਸਾਡੇ ਸਾਰਾ ਕੁਛ ਹੈ ਜੀ ਜਾਇਦਾਦ ਹੈਗੀ 40 ਕਿੱਲੇ ਜੀ ਮੁੰਡੇ ਕੰਮ ਵਾਲੇ ਨੇ ਨਾ ਕੋਈ ਲਾਂਭਾ ਨਾ ਕੋਈ ਨਸ਼ੇ ਪੱਕੇ ਵਾਲੇ ਜੀ ਘਰ ਬਾਰ ਵੀ ਵਧੀਆ ਜੀ ਹੋਰ ਕੀ ਤੁਸੀਂ ਸੁਣਨਾ ਭਾਲ ਦਿਓ ਫਿਰ ਉਹ ਸਾਨੂੰ ਤਾਂ ਜੀ ਬਸ ਮਾੜੇ ਕਿ ਮੁੰਡੇ ਵਾਲੇ ਲਿੱਸੇ ਲੱਗਦੇ ਨੀ ਸਾਡੀਆਂ ਕੁੜੀਆਂ ਨਾਲ ਜੱਚ ਉਮਰ ਦੇ ਲਾ ਦਿੰਦੇ ਹਾਂ ਜੀ 20-25 20 ਕੀ ਹਾਲ ਦਿੰਦੇ ਉਹ ਨਹੀਂ ਕੰਮ ਵਾਲੇ ਦੁਬਾਰੇ ਹੈ 2-3 ਆਜੋ ਆਜੋ ਇੱਥੇ ਰਾਏ ਕਰ ਲਓ ਜੇ ਤੁਹਾਨੂੰ ਫਿੱਟ ਆਪਾਂ ਹੁਣੀ ਸਾਗਣ ਪਾ ਕੇ ਬਗ ਚੱਲਦੇ ਹਾਂ ਸਾਡੇ ਸਾਰਾ ਕੁਛ ਫਿੱਟ ਹੈ ਜੀ A-to-Z ਜੀ ਜਿਹੜਾ ਕੁਛ ਉਹਨੇ ਗੱਲਾਂ ਦੱਸੀਆਂ ਸਾਨੂੰ ਸਹੀ ਲੱਗੀਆਂ ਜੀ ਫਿਰ ਕੀ ਸੋਚਣਾ ਭਾਲ ਦੇ ਸਾਨੂੰ ਕੱਲੇ ਮੁੰਡੇ ਨਹੀਂ ਫਿੱਟ ਲੱਗਦੇ ਜੀ ਕਿਉਂ ਮੁੰਡਿਆਂ ਨੂੰ ਕੀ ਉਹ ਥੋੜੇ ਜਿਹੇ ਲਿੱਸੇ ਨੇ ਕੰਮ ਕਰ ਵਾਲੇ ਬੰਦੇ ਲੱਗਦੇ ਨੇ ਜਿਵੇਂ 17-18 ਸਾਲ ਦੇ ਹੁੰਦੇ ਨੇ 10ਵੀਂ ਚ ਪੜ੍ਹਦੇ ਹੁੰਦੇ ਨੇ ਜੀ ਸਾਡੀਆਂ ਕੁੜੀਆਂ ਨਾਲ ਕਿੱਥੇ ਮੇਲ ਹੈ ਜੀ ਚੱਲ ਫਿਰ ਦੇਖ ਲਓ ਭਰਾਵੋ ਨਾ ਸਾਰੇ ਪਤਲੇ ਜੀ ਲਿੱਸੇ ਜੀ ਵਾਲੇ ਲਿੱਸੇ ਨਹੀਂ ਆਏ ਜੀ ਚਲੋ ਠੀਕ ਆ ਫਿਰ ਚਲ ਦੇਖ ਲਓ ਕਈ ਵਾਰ ਰਾਏ ਰੂ ਬੰਦੇ ਘਰੇ ਨਹੀਂ ਬਾਕੀ ਘਰੇ ਜਾ ਕੇ ਦੱਸ ਦਾਂਗੇ ਓਕੇ ਹਾਂ ਚਲੋ ਆ ਜੀ ਚਲੋ ਮੈਂ ਆਉਣਾ ਉਹਨੂੰ ਮਿਲ ਕੇ ਠੀਕ ਆ ਠੀਕ ਆ ਜੀ ਹਾਂ ਹਾਂ ਓਕੇ ਉਹ ਭਾਈ ਕਹਿੰਦੇ ਵੀ ਬਾਕੀ ਸਾਨੂੰ ਸਾਰਾ ਕੁਛ ਤਾਂ ਠੀਕ ਆ ਕਹਿੰਦੇ ਪਰ ਭਾਈ ਮੁੰਡੇ ਵਾਲੇ ਲਿਸ ਨੇ ਕਹਿੰਦੇ ਉਹ ਤਾਂ 15-15 ਸਾਲਾਂ ਦੀ ਲੱਗਦੇ ਨੇ ਅੱਛਾ ਹੋਰ ਯਾਰ ਤਾਂ ਭਾਈ ਬਹੁਤ ਆ ਕੰਮ ਵਾਲਾ ਕਰਦੇ ਨੇ ਉਹਦੀ ਦੇਖਣ ਨੂੰ ਲਿਸੇ ਲੱਗਦੇ ਨੇ ਚੱਲ ਕੋਈ ਨੀ ਮੈਂ ਹੋਰ ਰਿਸ਼ਤਾ ਦੇਖਦਾ ਫਿਰ ਕੋਈ ਗੱਲ ਨੀ ਹੋਰ ਦੇਖਦਾ ਚੱਲ ਠੀਕ ਆ ਓਕੇ ਮੈਂ ਚੱਲਦਾ ਜੀ ਓਕੇ ਠੀਕ ਹੈ ਠੀਕ ਹਾਂਜੀ ਕਮਾਲ ਆ ਇੱਕ ਤਾਂ ਭੈਣ ਦਾ ਜਿੱਦਾਂ ਕੋਲੇ ਜ਼ਮੀਨ ਨੀ ਜਾਇਦਾਦ ਨੀ ਦੀਨਾ ਨੀ ਕੋਈ ਲਾਂਗੜਾ ਕੋਈ ਕਿਵੇਂ ਉਹਨਾਂ ਨੂੰ ਰਿਸ਼ਤੇ ਹੋਈ ਜਾਂਦੇ ਨੇ ਸਾਡੇ ਵਾਲੇ ਜਵਾਕਾਂ ਨੂੰ ਕੋਈ ਰਿਸ਼ਤੇ ਨੀ ਕਰਦਾ ਯਾਰ ਬੜਾ ਯਾਰ ਭੈਣ ਦਾ ਕਿੰਨੇ ਮੁੜ ਗਏ ਯਾਰ ਬੇਇੱਜ਼ਤੀ ਦਾ ਸਵਾਲ ਹੈ ਹੁਣ ਇੱਕ ਤਾਂ ਇਹ ਆਜੂਗਾ ਯਾਰ ਇੱਕ ਤਾਂ ਇਹ ਸੰਦੀਪ ਆਜੂ ਇੱਕ ਆਹ ਆਜੂ ਕਿੰਨਾ ਲੈ ਗਿਆ ਮਾਨ ਬਸ ਕੱਟ ਦੇ ਉਹ ਕੀ ਕੱਟ ਸਿੱਧੀ ਨੈਕਸਟ ਟਾਈਮ ਮੁੱਦੇ ਦੀ ਕਰੂ ਬਾਲਾ ਮਿੱਟੀ ਕੋਲ ਜਾਓ ਮੈਂ ਕਿਸੇ ਨੂੰ ਚੱਲੀਏ ਆ ਵੀ ਆ ਗਿਆ ਬੈਗ ਵੀ ਆ ਗਿਆ ਆਪਣਾ ਬੈਗ ਸਾਹਿਬ ਚੱਲ ਵੀ ਪਰੇ ਆਈਏ ਉਹ ਯਾਰ ਪਰੇ ਅੱਖਾਂ ਵੀ ਸੋਣੀ ਪ੍ਰੋਡਿਊਸਰ ਉਹ ਅੰਦਰ ਕੁਰਸੀ ਚੱਕਦਾ ਬੰਬੂ ਗਿਆ ਜਾਂ ਕੁਰਸੀ ਲੈ ਆ
ਲੱਖ ਰੁਪਿਆ ਠੋਕ ਕੇ ਲੈਣੇ ਬਾਈ ਨੰਬਰ ਵਨ ਕੰਮ ਕਰਦੇ ਪਿੰਡ ਕੋਟ ਦਿੰਦਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਗਿੱਲ ਠੀਕ ਆ ਕਿਸੇ ਨੇ ਵੀ ਕਰਾਉਣਾ ਰਿਸ਼ਤਾ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਤੇ ਪੂਰੇ ਟੌਪ ਟੌਪ ਦੇ ਰਿਸ਼ਤੇ ਇਹਨੂੰ ਰਿਸ਼ਤਾ ਮੈਂ ਕਰਾਇਆ ਸੀ ਮੁੰਡੇ ਇੱਕ ਆ ਬੰਦਾ ਕੋਡਾ ਰਿਸ਼ਤਾ ਕਰਾਇਆ ਮੈਂ ਅਮਰੀਕਾ ਕੈਨੇਡਾ ਤੱਕ ਰਿਸ਼ਤੇ ਕਰਾ ਤੇ ਅਮਰੀਕਾ ਕੈਨੇਡਾ ਦੀ ਮੇਰੀ ਫੋਟੋ ਲਾਈ ਪਈ ਆ ਫੋਟੋ ਆ ਗੋਬੀ ਦੇ ਸਿੰਘ ਬੰਦਾ ਜਾਨ ਜੀ ਵਾਲਾ ਕੌਣ ਆ ਨਲੀ ਕਰ ਦੋ ਵਿੱਚ ਜਾਨ ਸਿੰਗਾਪੁਰ ਦਾ ਕੋਡਾ ਉਹ ਚਲੋ ਵੜੀ ਕੰਮ ਨਾ ਨਿਬੜੋ ਚਲੋ 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 ਭਾਈ ਇਹ ਡਾਇਲੌਗ ਕੀ ਨੇ ਬੋਲ ਬਸ ਮਾਰੀ ਜਾ ਕੱਚਰ ਜਾ ਹਾਂ ਕਰੇ ਜਾ ਚਲ ਆੜੀ ਇਹ ਡਾਇਲੌਗ ਤੂੰ ਬੋਲ ਡਾਕਟਰ ਬੰਬੂ ਕੇ ਬੰਦ ਕਰ ਦੇ।